ਸਮਾਂ ਹੋ ਚੁੱਕਾ ਗੱਲਬਾਤ ਕਰਨ ਦਾ। ਗੱਲਬਾਤ ਕਰਨੀ ਹੈ ਅੱਜ ਆਪਾਂ ਦਿਲਪ੍ਰੀਤ ਮਰਵਾਹਾ ਜੀ ਦੇ ਨਾਲ, ਜਿਹੜੀ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ 'ਚ ਚੱਲ ਰਹੀਆਂ ਨੇ, ਸੋਰੀ ਮੈਲਬਰਨ ਦੇ ਵਿੱਚ ਇਸ ਟਾਈਮ ਕੌਂਸਲਰ ਦੀਆਂ, ਉਹਦੇ ਵਿੱਚ ਆਪਣਾ ਭਾਈਚਾਰਾ ਕਾਫੀ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਵਾ, ਅਤੇ ਉਸੇ ਲੜੀ ਨੂੰ ਕੰਟੀਨਿਊ ਰੱਖਦੇ ਹਾਂ। ਅੱਜ ਸਾਡੇ ਜਿਹੜੇ ਅਗਲੇ ਕੈਂਡੀਡੇਟ ਨੇ ਉਹ ਨੇ ਦਿਲਪ੍ਰੀਤ ਮਰਵਾਹਾ ਜੀ। ਇਹਨਾਂ ਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਮੈਲਟਨ ਕੌਂਸਲ ਦੇ ਵੱਲੋਂ ਇਹ ਇਲੈਕਸ਼ਨ ਲੜ ਰਹੇ ਨੇ। ਵਾਰਡਸ ਵਾਰਡ ਆ, ਵਾਰਡ ਦਾ ਨਾਂ ਵਾਰਡਸ ਹੈ ਜਿੱਥੋਂ ਇਹ ਇਸ ਟਾਈਮ ਕੰਪੀਟ ਕਰ ਰਹੇ ਨੇ। ਏਰੀਆਜ਼ ਦੀ ਆਪਾਂ ਗੱਲ ਕਰੀਏ ਤਾਂ ਧਿਆਨ ਨਾਲ ਸੁਣਨ ਜਿਹੜੇ ਇਸ ਏਰੀਆਜ਼ ਦੇ ਵਿੱਚ ਆਉਂਦੇ ਨੇ, ਕਿਉਂਕਿ ਉਹਨਾਂ ਦੇ ਸਾਹਮਣੇ ਹੀ ਆਪਾਂ ਗੁਜ਼ਾਰਿਸ਼ ਕਰਨਾ ਹੈ, ਉਹਨਾਂ ਦੇ ਨਾਲ ਹੀ ਰਿਲੇਟਿਡ ਗੱਲਾਂ ਬਾਤਾਂ ਨੇ। ਸੋ ਏਰੀਆ ਸਬਰਬਸ ਪੈਂਦੇ ਨੇ ਹਿਲ ਸਾਈਡ, ਟੇਲਰਸ ਹਿਲ, ਪਲੰਪਟਨ ਦਾ ਵੈਸਟ ਏਰੀਆ, ਡਿਗਰ ਰੈਸਟ ਅਤੇ ਟੋਲਰਨਵੇਲ। ਸੋ ਇਹ ਏਰੀਏ ਪੈਂਦੇ ਨੇ, ਕਾਫੀ ਜ਼ਿਆਦਾ ਆਪਣਾ ਭਾਈਚਾਰਾ ਇਹਨਾਂ ਏਰੀਆਜ਼ ਦੇ ਵਿੱਚ ਰਹਿੰਦਾ ਵਾ, ਅਤੇ ਆਪਣੇ ਭਾਈਚਾਰੇ ਦੇ ਵਿੱਚੋਂ ਦਿਲਪ੍ਰੀਤ ਮਰਵਾਹਾ ਜੀ ਇਸ ਟਾਈਮ ਇਹ ਇਲੈਕਸ਼ਨ ਲੜਨ ਜਾ ਰਹੇ ਨੇ। ਸੋ ਸਾਰੇ ਵੇਖਦੇ ਹਾਂ ਕੀ ਇਹਨਾਂ ਦਾ ਕਹਿਣਾ, ਕਿਉਂ ਇਸ ਪਾਸੇ ਇਹਨਾਂ ਨੇ ਧਿਆਨ ਕੀਤਾ, ਅਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਇਹ ਕਰਵਾ ਸਕਦੇ ਨੇ ਜਦੋਂ ਆਪਣੇ ਭਾਈਚਾਰੇ ਦੀ ਰਹਿਨੁਮਾਈ ਕਰਨਗੇ ਕੌਂਸਲ ਦੇ ਵਿੱਚ, ਮੈਲਟਨ ਕੌਂਸਲ ਦੇ ਵਿੱਚ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਦਿਲਪ੍ਰੀਤ ਜੀ ਦੇ ਨਾਲ। ਹਾਂਜੀ ਮਰਵਾਹਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ, ਬਹੁਤ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਹਾਂਜੀ ਦੀ ਸਾਰੀ ਟੀਮ ਦਾ ਜਿਹਨਾਂ ਆਪ ਮੈਨੂੰ ਕਾਲ ਕਰਕੇ ਅਤੇ ਸੱਦਾ ਦਿੱਤਾ ਤਾਂ ਕਿ ਮੈਂ ਇੱਥੇ ਆ ਕੇ ਆਪਣੇ ਸਰੋਤਿਆਂ ਨਾਲ ਗੱਲਬਾਤ ਕਰ ਸਕਾਂ ਅਤੇ ਆਪਣੇ ਵਿਚਾਰ ਰੱਖ ਸਕਾਂ। ਸੋ ਇਹ ਵੀ ਇੱਕ ਕਮਿਊਨਿਟੀ ਦੀ ਸੇਵਾ ਤੁਸੀਂ ਕਰ ਰਹੇ ਹੋ, ਤੁਸੀਂ ਵੀ ਬਹੁਤ ਬਹੁਤ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਮਰਵਾਹਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਮਾਣ ਸਤਿਕਾਰ ਦੇਣ ਦੇ ਲਈ। ਸੋ ਇਸ ਟਾਈਮ ਇਲੈਕਸ਼ਨ ਦੇ ਵਿੱਚ ਤੁਸੀਂ ਛਾਲ ਮਾਰ ਰਹੇ ਹੋ, ਇਸ ਇਲੈਕਸ਼ਨ ਦੇ ਵਿੱਚ ਤੁਹਾਡੀ ਪੋਲੀਟਿਕਸ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਤੁਹਾਡੀ ਆਸਟ੍ਰੇਲੀਆ ਦੇ ਵਿੱਚ। ਸੋ ਬੈਕਗਰਾਊਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਕੋਈ ਤਜਰਬਾ ਜਾਂ ਇੰਡੀਅਨ ਕੋਈ ਪਿੱਛੋਂ ਬੈਕਗਰਾਊਂਡ ਇਸ ਪਾਸੇ? ਇੰਡੀਆ ਤੋਂ ਮੈਂ 2002 ਦੇ ਵਿੱਚ ਇੱਥੇ ਸਟੱਡੀ ਕਰਨ ਲਈ ਪਹਿਲੀ ਵਾਰ ਆਇਆ, ਜਿਹਦੇ ਵਿੱਚ ਮੈਂ ਇੱਥੇ ਆ ਕੇ ਮਾਸਟਰਸ ਇਨ ਇਨਫੋਰਮੇਸ਼ਨ ਟੈਕਨੋਲੋਜੀ ਦੀ ਪੜ੍ਹਾਈ ਕੰਪਲੀਟ ਕੀਤੀ। ਉਸ ਤੋਂ ਬਾਅਦ ਮੈਂ ਇੱਥੇ ਆਪਣੇ ਸਾਰੇ ਜਿਹੜੀਆਂ ਜੋਬਸ ਨੇ, ਜਿਹੜੀ ਟੈਕਸੀ ਚਲਾਈ, 2-2.5 ਸਾਲ ਟੈਕਸੀ ਦੀ ਜੋਬ ਕੀਤੀ। ਉਸ ਤੋਂ ਬਾਅਦ ਮਾਰਕੀਟਿੰਗ ਦੀ, ਵੇਅਰ ਹਾਊਸਾਂ ਦੇ ਵਿੱਚ, ਬੈਂਕ ਦੀ ਜੋਬ ਕਰਦੇ ਕਰਦੇ ਮੈਂ 2007 ਵਿੱਚ ਆਪਣਾ ਗ੍ਰੈਜੂਏਟ ਡਿਪਲੋਮਾ ਇਨ ਇਮੀਗ੍ਰੇਸ਼ਨ ਲਾਅ ਐਂਡ ਪ੍ਰੈਕਟਿਸ ਕੀਤਾ ਜੀ। ਉਹਦੇ ਵਿੱਚ ਮੈਂ ਫਿਰ ਆਪਣਾ ਆਫਿਸ 2009 ਤੋਂ ਮਰਵਾਹਾ ਓਵਰਸੀਜ਼ ਦੇ ਨਾਂ ਤੋਂ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਸੀ ਦੇ ਅੰਡਰ ਸਿਟੀ ਦੇ ਵਿੱਚ ਰਨ ਕਰ ਰਿਹਾ। 2010 ਵਿੱਚ ਮੈਨੂੰ ਮੌਕਾ ਮਿਲਿਆ ਜਸਟਿਸ ਆਫ ਪੀਸ ਬਣਨ ਦਾ, ਔਰ ਮੈਂ ਸਿੰਸ 2010 ਆਪਣੀ ਕਮਿਊਨਿਟੀ ਦੀ ਸੇਵਾ ਕਰ ਰਿਹਾ ਐਜ਼ ਅ ਜਸਟਿਸ ਆਫ ਪੀਸ। ਔਰ ਜਿਹੜੀ ਵੀ ਮਾਈਗ੍ਰੈਂਟ ਕਮਿਊਨਿਟੀ, ਸਾਡੀ ਕਮਿਊਨਿਟੀ ਮੋਸਟਲੀ ਮਾਈਗ੍ਰੈਂਟ ਕਮਿਊਨਿਟੀ, ਜਿੰਨੀਆਂ ਵੀ ਉਹਨਾਂ ਨੂੰ ਨੀਡਸ ਹੁੰਦੀਆਂ, ਮੈਂ ਉਹਨਾਂ ਦੀ ਐਡਵਾਈਸ ਨਾਲ ਉਹਨਾਂ ਦੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਜੀ। ਅਤੇ ਮੇਰੇ ਕਹਿਣ ਦੀ ਮੁਰਾਦ ਹੀ ਕਿ ਆਪਾਂ ਇੰਡੀਆ ਤੋਂ ਕੋਈ ਪਰਿਵਾਰਿਕ ਕੋਈ ਬੈਕਗਰਾਊਂਡ, ਪੰਜਾਬ ਤੋਂ ਕੋਈ ਇਸ ਪਾਸੇ ਵੱਲ? ਜਿਸ ਤਰ੍ਹਾਂ ਸਾਰੇ ਪਰਿਵਾਰ, ਹਰ ਇੱਕ ਬੰਦਾ ਆਪਣੇ ਆਪ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਦੇ ਨਾਲ, ਹਰ ਕੋਈ ਪੋਲੀਟੀਸ਼ੀਅਨ ਹੈ ਇੰਡੀਆ। ਹਾਂਜੀ, ਹਰ ਕੋਈ ਪੋਲੀਟੀਸ਼ੀਅਨ ਹੈ ਔਰ ਪੋਲੀਟਿਕਸ ਇੱਕ ਪਾਰਟ ਹੈ ਲਾਈਫ ਦਾ, ਹਰ ਪਰਿਵਾਰ ਜੁੜਿਆ ਹੁੰਦਾ। ਅਸੀਂ ਵੀ ਪਰਿਵਾਰ, ਸਾਡਾ ਵੀ ਪਰਿਵਾਰ ਪੋਲੀਟਿਕਸ ਦੇ ਨਾਲ ਜੁੜਿਆ, ਉਹਦੇ ਕਰਕੇ ਗੱਲਾਂ ਬਾਤਾਂ ਜਾਂ ਨੌਲੇਜ ਜਾਂ ਉਸ ਪਾਸੇ ਇੰਟਰਸਟ ਸ਼ੁਰੂ ਤੋਂ ਸੀਗਾ ਹੀ। ਇੱਥੇ ਆ ਕੇ ਵੀ ਆਪਣੀ ਕਮਿਊਨਿਟੀ 'ਚ ਅੱਗੇ ਵੱਧ ਚੜ੍ਹ ਕੇ ਜਿੰਨਾ ਵੀ ਹਿੱਸਾ ਪਾ ਸਕਦੇ ਹਾਂ ਪਾ ਰਹੇ ਹਾਂ, ਅਤੇ ਹੁਣ ਮੌਕਾ ਮਿਲਿਆ ਕਿ ਹੋਰ ਅੱਗੇ ਵੱਧ ਕੇ ਕਿਸੇ ਪਲੇਟਫਾਰਮ 'ਤੇ ਆ ਕੇ ਆਪਣੀ ਕਮਿਊਨਿਟੀ ਦੀਆਂ ਇਸ਼ੂਜ਼ ਨੂੰ ਰੇਜ਼ ਕੀਤਾ ਜਾਏ, ਅਤੇ ਉਸ ਇੰਟੈਂਸ਼ਨ ਦੇ ਨਾਲ ਕੌਂਸਲ ਦੀ ਇਲੈਕਸ਼ਨ ਦੀ ਤਿਆਰੀ ਕੀਤੀ। ਸੋ ਪੋਲੀਟਿਕਸ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਹੀ ਸ਼ੁਰੂ ਤੋਂ, ਸੋ ਹੁਣ ਇੱਥੇ ਤੁਸੀਂ ਆਪਣਾ ਇਹ ਸਫ਼ਰ ਸ਼ੁਰੂ ਕੀਤਾ, ਸੋ ਕੀ ਮਨ ਦੇ ਵਿੱਚ ਕੀ ਵਿਚਾਰ ਸੀ, ਕਿਹੜੀ ਮੇਨ, ਜੇ ਆਪਾਂ ਆਪਣੇ ਸਰੋਤਿਆਂ ਨੂੰ ਦੱਸਣਾ ਹੋਵੇ ਤਾਂ ਇਹੋ ਜਿਹਾ ਕੀ ਉਹ ਪੁਆਇੰਟ ਸੀ ਜਿਹਨੇ ਤੁਹਾਨੂੰ ਪੁਸ਼ ਕੀਤਾ ਇਸ ਪਾਸੇ ਵੱਲ? ਦੇਖੋ, ਜਿਸ ਤਰ੍ਹਾਂ ਮੈਂ ਦੱਸਿਆ ਵੀ 2010 ਤੋਂ ਮੈਂ ਐਜ਼ ਏ ਜਸਟਿਸ ਆਫ ਪੀਸ ਕਮਿਊਨਿਟੀ ਦੀ ਸੇਵਾ ਕਰ ਹੀ ਰਿਹਾ ਵਾਂ, ਅਤੇ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਤਾਂ ਪਹਿਲੇ ਤਾਂ ਅਸੀਂ ਆਪਣੀ ਪੰਜਾਬੀ ਕਮਿਊਨਿਟੀ, ਆਪਣੀ ਇੰਡੀਅਨ ਕਮਿਊਨਿਟੀ ਦੀ ਵੀ ਗੱਲ ਕਰਾਂਗੇ, ਕਿਉਂਕਿ ਅਸੀਂ ਉਹਨਾਂ ਦੇ ਹੀ ਸਹਿਯੋਗ ਦੇ ਨਾਲ ਇੱਥੋਂ ਤੱਕ ਪਹੁੰਚੇ ਹਾਂ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਗੇ ਆਪਣਾ ਸਕਸੈਸ ਦੇ ਵੱਲ ਜਾ ਰਹੇ ਹਾਂ, ਅਤੇ ਉਹਨਾਂ ਦੀ ਆਪਾਂ ਸਭ ਤੋਂ ਪਹਿਲੇ ਹੀ ਪ੍ਰਾਇਰਿਟੀ ਹੋਏਗੀ ਸਾਡੀ। ਔਰ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਕਾਫੀ ਰਿਪ੍ਰਜੈਂਟੇਸ਼ਨ ਘੱਟ ਆ, ਫਿਰ ਮੇਰੇ ਦੋਸਤ, ਮੇਰੇ ਵੱਡੇ ਭਰਾ ਜਸਵਿੰਦਰ ਸਿੱਧੂ ਭਾਅ ਜੀ ਨੇ, ਮੇਰੇ ਇੱਧਰ ਪਰਮ ਜਸਵਾਲ ਜੀ ਨੇ, ਜਿਨ੍ਹਾਂ ਨੇ ਮੈਨੂੰ ਕਨਵਿੰਸ ਕੀਤਾ ਵੀ ਤੂੰ ਅੱਗੇ ਵੱਧ ਕੇ, ਅਤੇ ਤੂੰ ਆਪਣਾ ਕੌਂਸਲ ਦੀ ਇਲੈਕਸ਼ਨ ਆ ਰਹੀ ਹੈ, ਪਹਿਲੇ ਤੁਸੀਂ ਸਭ ਤੋਂ, ਭਾਵੇਂ ਛੋਟੀ ਇਲੈਕਸ਼ਨ ਹੈ, ਇਹਦਾ ਪਲੇਟਫਾਰਮ ਬੜਾ ਛੋਟਾ, ਪਰ ਇਹਦੀ ਵੋਇਸ ਬੜੀ ਦੂਰ ਤੱਕ ਜਾਂਦੀ ਹੈ, ਅਤੇ ਸਾਡੇ ਭਾਈਚਾਰੇ ਲਈ ਰੈਸੀਡੈਂਟ ਦੀ ਫਸਟ ਅਪਰੋਚ ਉਹਦਾ ਕੌਂਸਲਰ ਜਿਹੜਾ ਉਹਦੇ ਇਲਾਕੇ 'ਚ ਰਹਿੰਦਾ ਉਹੀ ਹੋਏਗਾ।
ਜੀ ਬਹੁਤ ਵਧੀਆ ਜੀ। ਸੋ ਇਸ ਇਲਾਕੇ ਦੀ ਜੇ ਆਪਾਂ ਗੱਲ ਕਰੀਏ, ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਣਾ ਭਾਈਚਾਰਾ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਿਹਾ ਵਾ, ਸੋ ਇਸ ਵਾਰਡ ਦੇ ਵਿੱਚੋਂ ਹੋਰ ਕੋਈ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਕੋਈ ਕੰਪੀਟ ਕਰ ਰਿਹਾ ਹੋਵੇ? ਮੇਰੀ ਵਾਰਡ 'ਚੋਂ ਤਾਂ ਲੱਕੀਲੀ ਕੋਈ ਇੰਡੀਅਨ ਮੇਰੇ ਅਗੇਂਸਟ ਨਹੀਂ ਖੜਾ ਆ, ਜਿਹੜੀ ਕਿ ਚੰਗੀ ਗੱਲ ਵੀ ਹੈ। ਅਦਰਵਾਈਜ਼ ਫਿਰ ਸਾਡੀਆਂ ਵੋਟਾਂ ਵੀ ਵੰਡੀਆਂ ਜਾਣੀਆਂ ਨੇ ਅਤੇ ਸਾਡੇ ਸਕਸੈਸ ਦੇ ਚਾਂਸਿਸ ਪਹਿਲਾਂ ਹੀ ਇੰਡੀਅਨ ਕਮਿਊਨਿਟੀ ਦੀ ਵੋਟ 'ਤੇ ਡਿਪੈਂਡ ਕਰਦੇ ਨੇ ਜੀ। ਲੇਕਿਨ ਮੈਲਟਨ ਕੌਂਸਲ ਦੇ ਵਿੱਚੋਂ ਕੈਰਲਾਈਨ ਸਪਰਿੰਗ ਰੌਕ ਬੈਂਕ ਔਰ ਬਨਸਾਈਡ ਹਾਈਟਸ ਦੀ ਵਾਰਡ ਦੇ ਵਿੱਚੋਂ ਗੁਰਪ੍ਰੀਤ ਵਰਮਾ ਜੀ ਨੇ ਜੀ, ਉਹ ਲੁਧਿਆਣੇ ਤੋਂ ਨੇ, ਲੇਕਿਨ ਮੇਰੀ ਵਾਰਡ 'ਚੋਂ ਮੈਂ ਇਕੱਲਾ ਹੀ ਪੰਜਾਬੀ ਇੰਡੀਅਨ ਆ ਜਿਹੜਾ ਆਪਣੀ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰ ਰਿਹਾ ਜੀ। ਸੋ ਇੰਡੀਅਨ ਬੈਕਗਰਾਊਂਡ ਦੇ ਵਿੱਚ ਵੀ ਤੁਹਾਡੇ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਪੋਲਿਟਿਕਸ ਪਈ ਹੈ, ਇੱਥੇ ਵੀ ਤੁਸੀਂ ਹੁਣ ਸਫ਼ਰ ਸ਼ੁਰੂ ਕੀਤਾ, ਕੀ ਬੇਸਿਕ ਫਰਕ ਲੱਗਾ ਤੁਹਾਨੂੰ ਇੱਥੋਂ ਦਾ ਅਤੇ ਉੱਥੋਂ ਦਾ? ਬੇਸਿਕ ਫਰਕ ਇਹੀ ਹੈ ਕਿ ਜੇ ਸਭ ਤੋਂ ਜ਼ਿਆਦਾ ਤਾਂ ਤੁਹਾਨੂੰ ਪੋਲੀਟਿਕਸ ਦੇ ਵਿੱਚ ਆਉਣ ਲਈ ਤੁਹਾਨੂੰ ਚਾਹੀਦਾ ਟਾਈਮ ਜੀ, ਅਤੇ ਟਾਈਮ ਇੱਥੇ ਕਿਸੇ ਕੋਲ ਹੈ ਨਹੀਂ ਗਾ। ਹਾਂਜੀ, ਅਤੇ ਆਈ ਥਿੰਕ ਜਿਹੜਾ ਮੇਜਰ ਤੁਹਾਡਾ ਸਟਰੈਂਥ ਆ ਉਹ ਤੁਹਾਡੇ ਲੋਕ ਨੇ ਜਿਹਨਾਂ ਨੇ ਤੁਹਾਨੂੰ ਵੋਟ ਕਰਨੀ ਹੈ, ਉਹਨਾਂ ਦੀ ਤੁਸੀਂ ਵੋਇਸ ਉਠਾਉਣੀ, ਅਤੇ ਜਿਹੜੀ ਤੁਹਾਡੀ ਮੇਜਰ ਜਿਹੜੀ ਤੁਸੀਂ ਕਹੋ ਵੀ ਤੁਹਾਨੂੰ ਵੀਕਨੈਸ ਹੈ ਜਾਂ ਜਿਹੜਾ ਤੁਹਾਨੂੰ ਚੈਲੇਂਜ ਹੈ ਉਹ ਹੈ ਟਾਈਮ। ਸੋ ਯੰਗ ਆ, ਫੈਮਲੀ ਬੱਚੇ ਵੀ ਛੋਟੇ ਨੇ, ਉਹਦੇ ਵਿੱਚੋਂ ਟਾਈਮ ਕੱਢ ਕੇ, ਇੰਡੀਆ 'ਚ ਵੀ ਪੋਲੀਟਿਕਸ ਦੇ ਵਿੱਚ ਟਾਈਮ ਦੀ ਬੜੀ ਇੰਪੋਰਟੈਂਸ ਹੈ, ਅਤੇ ਇੱਥੇ ਬਹੁਤ ਹੀ ਜ਼ਿਆਦਾ ਵਾ, ਕਿਉਂਕਿ ਇੱਥੇ ਬਾਕੀ ਵੀ ਕੰਮ ਤੁਹਾਨੂੰ ਆਪਣੇ ਘਰ ਦੇ ਵੀ ਕਰਨੇ ਪੈਂਦੇ ਨੇ ਔਰ ਪਰਿਵਾਰ ਨੂੰ ਵੀ ਸਾਂਭਣਾ। ਸੋ ਮੈਂ ਸਮਝਦਾ ਕਿ ਬਹੁਤਾ ਡਿਫਰੈਂਸ ਨਹੀਂ ਗਾ, ਲੇਕਿਨ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਹੈ ਪੋਸੀਬਲ ਵੀ ਨਹੀਂ ਗਾ ਜੀ। ਸੋ ਇੰਡੀਆ ਦੇ ਵਿੱਚ ਤਾਂ ਕਾਫ਼ੀ ਜਿੱਦਾਂ ਭਾਜ ਨੱਠ ਕਰਨੀ ਪੈਂਦੀ ਹੈ, ਪੈਸਾ ਧੇਲਾ ਵੀ ਚੱਲਦਾ ਵਾ ਅਤੇ ਦਾਰੂ ਸਿੱਕਾ ਵੀ ਚੱਲਦਾ ਵਾ ਇਲੈਕਸ਼ਨ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਛੋਟੀਆਂ ਇਲੈਕਸ਼ਨਜ਼ ਨੇ ਇੱਥੇ, ਤਾਂ ਮੇਰੇ ਖਿਆਲ ਦੇ ਨਾਲ ਇੱਦਾਂ ਦਾ ਰੁਝਾਨ ਫਿਲਹਾਲ ਨਹੀਂ ਹੋਊਗਾ, ਜਾਂ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਉੱਦਾਂ ਦਾ ਹੋਊਗਾ ਸਿਲਸਿਲਾ? ਦੇਖੋ, ਆਉਣ ਵਾਲੇ ਦਿਨਾਂ 'ਚ ਆਪਾਂ ਕੁਛ ਕਹਿ ਨਹੀਂ ਸਕਦੇ, ਇਸ ਵੇਲੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗੀ ਆਪਾਂ ਬਸ, ਲੇਕਿਨ ਜਦੋਂ ਤੁਸੀਂ ਮੀਟਿੰਗ ਕਰਨੀ ਹੈ ਅਤੇ ਆਪਾਂ ਕਮਿਊਨਿਟੀ ਨੂੰ ਇਕੱਠੇ ਕਰਨਾ, ਅਤੇ ਜਦੋਂ ਮੀਟ ਐਂਡ ਗ੍ਰੀਟ ਹੈ ਜਾਂ ਆਪਾਂ ਟੀ ਪਾਰਟੀ ਦੇ ਜਾਂ ਆਪਾਂ ਬਾਰਬੀਕਿਊ, ਇੱਕ ਜਿਸ ਤਰ੍ਹਾਂ ਇੱਥੇ ਬਾਰਬੀਕਿਊ ਸਿਸਟਮ ਚੱਲਦਾ, ਅਸੀਂ ਬਾਰਬੀਕਿਊ 'ਤੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ। ਲਾਸਟ ਵੀਕ ਅਸੀਂ ਟੇਲਰ ਹਿੱਲ ਪਾਰਕ ਦੇ ਵਿੱਚ ਬਾਰਬੀਕਿਊ ਕੀਤਾ, ਜਿਹਦੇ ਵਿੱਚ ਸਾਡੇ ਭਾਈਚਾਰੇ ਦੇ ਲੋਕ, ਹੋਰ ਆਲੇ ਦੁਆਲੇ ਦੇ ਲੋਕ ਆਏ ਜਿਨ੍ਹਾਂ ਨੇ ਆਪਣੇ ਵਿਚਾਰ ਸ਼ੇਅਰ ਕੀਤੇ। ਸੋ ਇਕੱਠੇ ਕਰਨ ਲਈ ਸਾਨੂੰ ਕੋਈ ਨਾ ਕੋਈ ਪਾਰਟੀ ਦਾ ਤਾਂ ਅਰੇਂਜਮੈਂਟ ਕਰਨਾ ਹੀ ਪੈਣਾ, ਲੇਕਿਨ ਇਹ ਨਹੀਂ ਵੀ ਇਹਦਾ ਕੋਈ ਦਾਰੂ ਨਾਲੀਆਂ ਦਾ ਕੋਈ ਉਸ ਤਰ੍ਹਾਂ ਦਾ ਸੰਬੰਧ, ਪਰ ਜਿਹੜਾ ਸਾਨੂੰ ਪਾਰਟੀਜ਼, ਟੀ ਪਾਰਟੀ ਜਾਂ ਬਾਰਬੀਕਿਊ ਦੇ ਥਰੂ ਹੀ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਵਾਰੀ ਉਹਨਾਂ ਦੇ ਵਿਚਾਰ ਜਾਣਨ ਦਾ ਮੌਕਾ ਵੀ ਮਿਲਦਾ। ਸੋ ਇਹ ਬੇਸਿਕ ਫਰਕ ਹੋ ਗਿਆ, ਨਾ ਵੋਟਾਂ ਮੰਗਣ ਵਾਲਿਆਂ ਕੋਲ ਇਨਫ ਟਾਈਮ ਹੈ ਅਤੇ ਨਾ ਵੋਟਾਂ ਪਾਉਣ ਵਾਲਿਆਂ ਕੋਲ, ਸੋ ਇਹ ਇੱਕ ਵੱਡਾ ਫਰਕ ਉੱਥੋਂ ਦਾ ਅਤੇ ਇੱਥੋਂ ਦਾ ਇਲੈਕਸ਼ਨ ਦਾ ਹੋ ਗਿਆ। ਹਾਂ, ਬਹੁਤ ਜ਼ਿਆਦਾ ਫਰਕ ਹੈ, ਇੱਥੇ ਵੋਟਰ ਵੋਟ ਪਾਉਣ 'ਚ ਵੀ ਉਨੇ ਇੰਟਰਸਟਿਡ ਨਹੀਂ ਗਏ ਇੰਡੀਆ 'ਚ, ਅਤੇ ਹੁਣ ਚਲੋ ਸਾਰਿਆਂ ਨੂੰ, ਸਾਰੇ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਕਾਫੀ ਜ਼ਿਆਦਾ, ਔਰ ਇਲੈਕਸ਼ਨਾਂ ਜਿੱਦਾਂ ਜਿੱਦਾਂ ਨੇੜੇ ਆਉਂਦੀਆਂ ਹੋਰ ਜ਼ਿਆਦਾ ਟਾਈਮ, ਇੱਥੇ ਤਾਂ ਬਸ 15-20 ਦਿਨ ਹੀ ਇਲੈਕਸ਼ਨ ਤੋਂ ਪਹਿਲੇ ਲੋਕ ਜ਼ੋਰ ਲਾਉਂਦੇ, ਔਰ ਜ਼ੋਰ ਲਾਉਣ ਦਾ ਤਰੀਕਾ ਵੀ ਡਿਫਰੈਂਟ ਆ ਬਿਲਕੁਲ ਜੀ। ਸੋ ਇਸ ਟਾਈਮ ਅਲੱਗ ਅਲੱਗ ਪਾਰਟੀਜ਼ ਨੇ ਇੱਥੇ ਮੈਲਬੋਰਨ ਦੇ ਵਿੱਚ ਜਿਨ੍ਹਾਂ ਦੇ ਨਾਲ ਸੰਬੰਧਿਤ ਲੋਕ ਇਲੈਕਸ਼ਨ ਲੜ ਰਹੇ ਨੇ, ਤੁਸੀਂ ਵੀ ਕਿਸੇ ਪਾਰਟੀ ਵੱਲੋਂ ਜਾਂ ਇੰਡੀਪੈਂਡੈਂਟਲੀ ਲੜ ਰਹੇ ਹੋ? ਮੈਂ ਲੇਬਰ ਦਾ ਮੈਂਬਰ ਹਾਂ, ਲੇਕਿਨ ਮੈਂ ਇਲੈਕਸ਼ਨ ਜਿਹੜੀ ਹੈ ਇੰਡੀਪੈਂਡੈਂਟਲੀ ਲੜ ਰਿਹਾ ਵਾਂ। ਮੈਨੂੰ ਉਸ ਤਰ੍ਹਾਂ ਮੈਂ 2009-10 ਤੋਂ ਲੇਬਰ ਦਾ ਮੈਂਬਰ ਹਾਂ ਜੀ। ਸੋ ਕੋਈ ਖਾਸ ਵਜ੍ਹਾ ਲੇਬਰ ਆਪਣੇ ਬੰਦੇ ਖਿਲਾਰ ਰਹੀ? ਲੇਬਰ ਵੈਸੇ ਤਾਂ ਕੌਂਸਲ ਦੀ ਇਲੈਕਸ਼ਨ ਪਾਰਟੀ ਆਪ ਅੱਗੇ ਹੋ ਕੇ ਤਾਂ ਨਹੀਂ ਲੜਦੀ ਇੱਥੇ, ਲੇਕਿਨ ਪਾਰਟੀ ਮੈਂਬਰ ਨੂੰ ਅਨਡੋਰਸ ਕਰਦੀ ਹੈ, ਜੋ ਮੇਰੇ ਤੋਂ ਪੁਰਾਣੇ ਮੈਂਬਰ ਨੇ ਲੇਬਰ ਦੇ, ਫਿਰ ਪਾਰਟੀ ਦਾ ਸੀਨੀਓਰਟੀ ਵਾਈਜ਼ ਉਹਨਾਂ ਨੇ ਉਹ ਅਨਡੋਰਸ ਕਰਦੇ ਨੇ, ਲੇਕਿਨ ਅਦਰਵਾਈਜ਼ ਲੇਬਰ ਜਾਂ ਲਿਬਰਲ ਆਪਣੀ ਪਾਰਟੀ ਵਾਈਜ਼, ਪਾਰਟੀ ਦੇ ਲੈਵਲ 'ਤੇ ਇਲੈਕਸ਼ਨ ਨਹੀਂ ਲੜਦੇ ਕੌਂਸਲ ਦੀ ਜੀ। ਜੀ, ਅਤੇ ਦਿਲਪ੍ਰੀਤ ਜੀ, ਜਿਹੜੇ ਦੂਜੇ ਭਾਈਚਾਰੇ ਰਹਿੰਦੇ ਨੇ ਤੁਹਾਡੀ ਵਾਰਡ ਦੇ ਵਿੱਚ, ਅਫਕੋਰਸ ਉਹਨਾਂ ਦੀ ਵੀ ਤੁਹਾਨੂੰ ਲੋੜ ਹੈ, ਉਹਨਾਂ ਤੱਕ ਅਪਰੋਚ ਕਿੱਦਾਂ ਕਰਦੇ ਹੋ, ਜਾਂ ਕੋਈ ਮੁਸ਼ਕਲਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਿੱਚ, ਜਾਂ ਉਹਨਾਂ ਨੂੰ ਸਮਝਾਉਣ ਦੇ ਵਿੱਚ, ਜਾਂ ਕਿੰਨਾ ਕੁ ਕੋਆਪਰੇਟ ਕਰ ਰਹੇ ਨੇ ਆਪਣੇ ਨਾਲ? ਤੋ ਸਾਡੀ ਪੂਰੀ ਕੋਸ਼ਿਸ਼ ਹੈ, ਕਿਉਂਕਿ ਸਭ ਤੋਂ ਪਹਿਲਾਂ ਸਾਡਾ ਕੰਟੈਕਟ ਹੈ ਸਾਡਾ ਗੁਆਂਢੀ ਜਿਹੜਾ ਸਾਡੇ ਖੱਬੇ ਦੇ ਸੱਜੇ ਰਹਿ ਰਿਹਾ ਜੀ, ਉਹ ਸਾਡੇ, ਉਹ ਕਿਸੇ ਹੋਰ ਕਮਿਊਨਿਟੀ ਦਾ ਵੀ ਹੋ ਸਕਦਾ, ਫਿਰ ਜਦੋਂ ਅਸੀਂ ਉਹਦੇ ਨਾਲ ਕੰਟੈਕਟ ਕਰਦੇ ਹਾਂ ਉਹ ਫਿਰ ਸਾਡੀ ਅੱਗੇ, ਜੇ ਉਹ ਸਾਡੀ ਗੱਲ ਨਾਲ ਸਹਿਮਤ ਹੁੰਦਾ ਤਾਂ ਫਿਰ ਅੱਗੇ 10 ਬੰਦਿਆਂ ਨਾਲ ਸਾਡੀ ਗੱਲ ਸ਼ੇਅਰ ਕਰਦਾ। ਸੋ ਇਹੀ ਮੇਨ ਅਪਰੋਚ, ਜਿੰਨੇ ਵੀ ਯਾਰ ਦੋਸਤ ਜਿੰਨੇ ਵੀ ਇਲਾਕੇ ਦੇ ਵਿੱਚ ਵੱਡੇ ਛੋਟੇ ਰਹਿ ਰਹੇ ਨੇ, ਉਹਨਾਂ ਨੂੰ ਇਹੋ ਕਿਹਾ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਗੁਆਂਢੀ ਨਾਲ ਗੱਲ ਕਰੋ, ਅਤੇ ਜਿਹੜੀ ਉਹ ਕਮਿਊਨਿਟੀ ਦਾ ਫਿਰ ਉਹ ਅੱਗੋਂ ਆਪਣਾ ਤੁਹਾਡਾ ਲਿੰਕ ਇਸ ਤਰ੍ਹਾਂ ਹੀ ਜੋੜੇਗਾ, ਅਤੇ ਜੇ ਉਹਨਾਂ ਨੂੰ ਤੁਹਾਡੇ ਆਈਡੀਆਜ਼ ਸ਼ੇਅਰ ਕਰਕੇ ਪਸੰਦ ਆਉਣਗੇ ਤਾਂ ਉਹ ਤੁਹਾਨੂੰ ਜ਼ਰੂਰ ਵੋਟ ਕਰਨਗੇ। ਸੋ ਕੜੀ ਨਾ ਕੜੀ ਅੱਗੇ ਦੀ ਅੱਗੇ ਜੁੜਦੀ। ਹਾਂ, ਇਟਸ ਅ ਚੇਨ ਸਿਸਟਮ ਜੀ। ਸੋ ਵਧੀਆ ਸਪੋਰਟ ਮਿਲ ਰਹੀ ਆ ਬਾਕੀ ਭਾਈਚਾਰਿਆਂ ਦੇ ਵੱਲੋਂ? ਵਧੀਆ ਸਪੋਰਟ ਮਿਲ ਰਹੀ ਆ, ਹਲੇ ਗੱਲਬਾਤ ਕਰ ਰਹੇ ਹਾਂ ਜਿਹਦੇ ਨਾਲ ਲੋਕ ਇੰਪ੍ਰੈਸ ਵੀ ਹੋ ਰਹੇ ਨੇ,
ਅਤੇ ਬਾਕੀ ਦੇਖੋ ਵੋਟਾਂ ਦੇ ਟਾਈਮ 'ਤੇ ਹੀ ਐਗਜੈਕਟ ਪਤਾ ਚੱਲਣਾ, ਕਿਉਂਕਿ ਸਾਰੇ ਕਮਿਊਨਿਟੀਆਂ ਦੇ ਆਪਣੇ ਵੀ ਨੁਮਾਇੰਦੇ ਖੜ੍ਹੇ ਨੇ, ਅਤੇ ਹਰ ਕਮਿਊਨਿਟੀ ਦਾ ਜਿੱਦਾਂ ਪਹਿਲਾ ਫਰਜ਼ ਉਹ ਸਮਝਦੇ ਨੇ ਵੀ ਆਪਣੀ ਕਮਿਊਨਿਟੀ ਨੂੰ, ਜਿੱਦਾਂ ਅਸੀਂ ਆਪਣੇ ਭਾਈਚਾਰੇ ਨੂੰ ਰਿਕੁਐਸਟ ਕਰ ਰਹੇ ਹਾਂ। ਲੇਕਿਨ ਇੱਥੇ ਜਿਹੜਾ ਸਿਸਟਮ ਹੈ ਵੀ ਚਲੋ ਵੋਟ ਇਹ ਨਹੀਂ ਗਾ ਵੀ ਇੱਕ ਨੂੰ ਪਾਉਣੀ ਅਤੇ ਦੂਜੇ ਨੂੰ ਨਹੀਂ ਪਾਉਣੀ, ਆਪਾਂ ਉਹਨੂੰ ਦੂਜਾ ਨੰਬਰ ਦੇ ਸਕਦੇ ਹਾਂ ਪ੍ਰੈਫਰੈਂਸ, ਅਤੇ ਉਹਦੇ ਨਾਲ ਇਹ ਹੈ ਕਿ ਜਿਹਨਾਂ ਨਾਲ ਸਾਡੇ ਵਿਚਾਰ ਮਿਲਦੇ ਹੋਣਗੇ ਅਸੀਂ ਉਹਨਾਂ ਨਾਲ ਰਲ ਕੇ ਕੰਮ ਕਰਾਂਗੇ। ਸੋ ਇਹ ਵੀ ਉਹੀ ਪ੍ਰੈਫਰੈਂਸ ਸਿਸਟਮ ਹੀ ਚੱਲਦਾ ਜਿੱਦਾਂ MP ਦੀਆਂ ਵੋਟਾਂ ਦੇ ਵਿੱਚ ਹੁੰਦਾ? ਹਾਂਜੀ, ਸਿਮਿਲਰ ਸਿਸਟਮ। ਸੋ ਉਹੀ ਸਿਸਟਮ ਹੈ। ਕੱਲ੍ਹ ਸ਼ਾਇਦ ਇਹ ਮੈਂ ਖੁਦ ਨਹੀਂ ਕਿਤੇ ਇਸ ਚੀਜ਼ ਨੂੰ ਪੜ੍ਹਿਆ ਜਾਂ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ, ਪਰ ਸਾਡੇ ਕਿਸੇ ਵੀਰ ਨੇ ਕੱਲ੍ਹ ਇਹ ਚੀਜ਼ ਮੈਂਸ਼ਨ ਕੀਤੀ ਸੀ ਕਿ ਪ੍ਰੈਫਰੈਂਸ ਸਿਸਟਮ ਜਿਹੜਾ ਉਹ ਚੇਂਜ ਕੀਤਾ ਗਿਆ ਜਾਂ ਖਤਮ ਕਰ ਦਿੱਤਾ ਗਿਆ, ਕੋਈ ਉਹਦੇ ਬਾਰੇ ਜਾਣਕਾਰੀ? ਹਾਂਜੀ, ਉਹਦੇ 'ਚ ਅਮੈਂਡਮੈਂਟ ਰੀਸੈਂਟਲੀ ਹੋਈ ਹੈ ਜਿਹਦੇ ਵਿੱਚ ਉਹਦਾ ਕਾਫੀ ਯੋਗਦਾਨ ਘੱਟ ਜਾਏਗਾ, ਪਰ ਉਹਦਾ ਹਲੇ ਇਹ ਬਿਲਕੁਲ ਖਤਮ ਵਾਲਾ ਤਾਂ ਨਹੀਂ ਕਹਿ ਸਕਦੇ, ਲੇਕਿਨ ਉਹਦਾ ਕਾਫੀ ਜਿੱਦਾਂ ਯੋਗਦਾਨ ਜਿਹੜਾ ਘੱਟ ਜਾਏਗਾ ਕੌਂਸਲ ਦੀਆਂ ਇਲੈਕਸ਼ਨਾਂ ਦੇ ਵਿੱਚ। ਔਰ ਆਈ ਥਿੰਕ ਇੱਕ ਦੋ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਕਿ ਅੱਗੋਂ ਸਟੇਟ ਗਵਰਨਮੈਂਟ ਦੀ ਜਾਂ ਜਿਹੜਾ ਪਾਸ ਹੋਇਆ ਵਾ ਅਮੈਂਡਮੈਂਟ ਹੋਈ ਹੈ ਉਹ ਲਾਗੂ ਕਿੰਨੀ ਜਲਦੀ ਕਰ ਰਹੇ ਨੇ, ਅਤੇ ਜੇ ਕਰ ਦਿੰਦੇ ਨੇ ਤਾਂ ਸਾਡੇ 'ਤੇ ਸਾਨੂੰ ਉਹਦੇ ਬਾਰੇ ਅਪਡੇਸ਼ਨਸ ਜਲਦੀ ਮਿਲ ਜਾਣਗੇ। ਕੀ ਵੈਸੇ ਤਜਵੀਜ਼ ਕੀ ਹੈ, ਮਤਲਬ ਕੀ ਚੇਂਜਿਸ ਹੋਣ ਦੇ ਆਸਾਰ ਨੇ? ਚੇਂਜਿਸ ਹੋਣ ਦੇ ਆਸਾਰ ਇਹ ਨੇ ਕਿ ਵੀ ਜੋ ਅਸੀਂ ਨਵੇਂ ਹਾਂ ਇਸ ਫੀਲਡ ਦੇ ਵਿੱਚ, ਅਤੇ ਅਸੀਂ ਵੀ ਅੱਗੋਂ ਆਪਣੇ ਜਿਹੜੇ ਪੁਰਾਣੇ ਨੇ ਉਹਨਾਂ ਤੋਂ ਜਿਹੜੇ ਪਾਰਟੀ ਦੇ ਵਿੱਚ ਪਹਿਲੇ ਕੰਮ ਕਰ ਰਹੇ ਨੇ ਜਾਂ ਜਿਹੜੇ ਪਹਿਲਾਂ ਤੋਂ ਪਾਰਟੀ ਦੇ ਨਾਲ ਜੁੜੇ ਨੇ ਉਹਨਾਂ ਤੋਂ ਜਾਂ ਜਿਹੜੀ ਅਪਡੇਸ਼ਨ ਲਈ ਉਹ ਤੋਂ ਇਹੀ ਪਤਾ ਲੱਗਿਆ ਕਿ ਵੀ ਜਿਹੜੀਆਂ ਅੱਗੇ ਪ੍ਰੈਫਰੈਂਸ ਦਾ ਕਾਰਡ ਕੌਂਸਲ ਤੁਹਾਡੇ ਬੈਲਟ ਦੇ ਨਾਲ ਸਾਰੇ ਵੋਟਰਸ ਨੂੰ ਭੇਜਦੀ ਸੀ, ਐਤਕੀ ਸ਼ਾਇਦ ਉਹ ਨਾ ਭੇਜਣ। ਸੋ ਜਿਹਦਾ ਸਿੱਧਾ ਸਿੱਧਾ ਮਤਲਬ ਇਹ ਹੋਏਗਾ, ਤੁਹਾਨੂੰ ਇਹ ਤਾਂ ਪਤਾ ਕਿ ਤੁਸੀਂ ਮੈਨੂੰ ਵੋਟ ਪਾਉਣੀ ਹੈ ਆਪਣੀ ਪਹਿਲੇ ਨੰਬਰ 'ਤੇ, ਪਰ ਤੁਹਾਨੂੰ ਇਹ ਨਹੀਂ ਪਤਾ ਹੋਏਗਾ ਵੀ ਤੁਸੀਂ ਦੂਜੇ ਨੰਬਰ 'ਤੇ ਕਿਹਨੂੰ ਰੱਖਣਾ ਜੀ। ਹਾਂਜੀ, ਸੋ ਉਹ ਸਿਸਟਮ ਥੋੜ੍ਹਾ ਜਿਹਾ ਲੋਕਾਂ ਨੂੰ ਸ਼ਾਇਦ ਸਮਝਾਉਣ ਦੇ ਵਿੱਚ ਵੀ ਬਾਅਦ 'ਚ ਜ਼ਰੂਰਤ ਪਊਗੀ ਉਹਨਾਂ ਨੂੰ ਦੱਸਣਾ। ਹਾਂਜੀ, ਇਸ ਕਰਕੇ ਹੀ ਆਪਾਂ ਇਹਦੇ ਤੋਂ ਇਸ ਵੇਲੇ ਗੁਰੇਜ ਕਰ ਰਹੇ ਹਾਂ, ਕਿਉਂਕਿ ਪਹਿਲੇ ਤਾਂ ਹਲੇ ਕਲੀਅਰ ਨਹੀਂ ਗਾ ਵੀ ਆ ਜਾਂਦਾ, ਅਤੇ ਫਿਰ ਵੋਟਰ ਨੂੰ ਅਸੀਂ ਕਨਫਿਊਜ਼ ਵੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਪਹਿਲੇ ਸਾਨੂੰ ਖੁਦ ਕਲੈਰਿਟੀ ਹੋ ਜਾਏਗੀ ਇਸ 'ਤੇ, ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਅਪਡੇਟ ਕਰ ਦਿਆਂਗੇ, ਤੁਸੀਂ ਆਪਣੇ ਸਰੋਤਿਆਂ ਨਾਲ ਇਹ ਸ਼ੇਅਰ ਕਰ ਦੇਣਾ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਇਸ ਕੰਮ ਦੇ ਵਿੱਚ ਇੱਥੇ ਦਿਲਪ੍ਰੀਤ ਜੀ, ਹੁਣ ਤੁਸੀਂ ਪੋਲੀਟਿਕਸ ਦੇ ਵਿੱਚ ਜਿਹੜੀ ਛਾਲ ਮਾਰੀ ਆ, ਕੋਈ ਇੱਥੇ ਗੁਰੂ, ਕੋਈ ਇੱਥੇ ਮੋਨੀਟਰ ਜਿਹਦੇ ਕੋਲ ਤੁਸੀਂ ਇਹ ਦਾਪੇ 'ਚ ਸਿੱਖੇ ਹੋਣ ਜਾਂ ਸਾਰੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ, ਕੋਈ ਨਾਮ ਮੈਨਸ਼ਨ ਕਰਨਾ ਚਾਹੋ? ਇੱਥੇ ਜੇ ਤੁਸੀਂ ਦੇਖੋ ਤਾਂ ਅਸੀਂ ਆਪ ਵੈਸੇ ਹੀ ਪੋਲੀਟੀਕਲੀ ਬੜੀ ਬੈਕਵਰਡ ਹਾਂ, ਅਤੇ ਗੁਰੂ ਦੇ ਤੌਰ 'ਤੇ ਮੈਂਟਰ ਜਿਹੜੇ ਨੇ, ਮੈਂ ਜਸਵਿੰਦਰ ਭਾਅ ਜੀ ਤੋਂ, ਜਸਵਿੰਦਰ ਸਿੱਧੂ ਹੋਰਾਂ ਤੋਂ ਸਲਾਹ ਲੈ ਕੇ ਸਾਰਾ ਕੰਮ ਕਰ ਰਿਹਾ ਵਾਂ, ਉਹੀ ਸਾਨੂੰ ਗਾਈਡ ਕਰ ਰਹੇ ਨੇ। ਔਰ ਇਸ ਤਰ੍ਹਾਂ ਦਾ ਕੋਈ MP ਅਤੇ ਜਾਂ ਤਾਂ ਕੋਈ ਇਸ ਤਰ੍ਹਾਂ ਪ੍ਰੋਮੀਨੈਂਟ ਬੰਦਾ ਸਾਡਾ ਹਾਲੇ ਕਮਿਊਨਿਟੀ 'ਚ ਹੈ ਨਹੀਂ, ਸੋ ਅਸੀਂ ਸਾਰੇ ਆਪਣੇ ਆਪ ਨੂੰ ਨਵੇਂ ਹੀ ਸਮਝ ਰਹੇ ਹਾਂ, ਪਰ ਭਾਅ ਜੀ ਦੀ ਰਹਿਨੁਮਾਈ ਦੇ ਹੇਠ ਜਿਸ ਤਰ੍ਹਾਂ ਉਹ ਗਾਈਡ ਕਰ ਰਹੇ ਨੇ, ਉਸ ਤਰ੍ਹਾਂ ਅਸੀਂ ਸਟੈਪ ਬਾਏ ਸਟੈਪ ਅੱਗੇ ਵੱਧ ਰਹੇ। ਸੋ ਜਦੋਂ ਬੰਦਾ ਜੰਪ ਕਰ ਜਾਂਦਾ ਇਸ ਕੰਮ ਦੇ ਵਿੱਚ, ਆਪੇ ਹੌਲੀ ਹੌਲੀ ਫਿਰ ਅੱਗੇ ਪਤਾ ਲੱਗੀ ਜਾਂਦਾ? ਹਾਂਜੀ, ਬਿਲਕੁਲ ਠੀਕ ਗੱਲ ਹੈ ਤੁਹਾਡੀ। ਜਦੋਂ ਆਪਾਂ ਐਂਟਰ ਕਰਦੇ ਹਾਂ ਫਿਰ ਸਾਨੂੰ ਪਹਿਲੇ ਤਾਂ ਉਹਨਾਂ ਨੇ ਸਾਨੂੰ ਇੰਟਰੋਡਿਊਸ ਕੀਤਾ, ਅੱਗੋਂ ਫਿਰ ਸਾਨੂੰ ਲੋਕ ਮਿਲਦੇ ਨੇ ਜਾਂ ਜਿਹੜੇ ਪੁਰਾਣੇ ਕੈਂਡੀਡੇਟ ਮਿਲਦੇ ਆ, ਅਤੇ ਉੱਥੋਂ ਸਾਨੂੰ ਫਿਰ ਆਪੇ ਹੀ ਨੌਲੇਜ ਜਾਂ ਉਹਨਾਂ ਦਾ ਆਈਡੀਆਜ਼ ਲੱਗਣੇ ਸ਼ੁਰੂ ਹੋ ਜਾਂਦੇ ਨੇ ਵੀ ਕਿਸ ਤਰ੍ਹਾਂ ਅੱਗੇ ਮੂਵ ਕਰਨਾ ਚਾਹੀਦਾ ਜੀ। ਸੋ ਇਸ ਟਾਈਮ ਦੇ ਉੱਤੇ ਕਿਹੜੇ ਕਿਹੜੇ ਵੱਡੇ ਚੈਲੇਂਜਸ ਤੁਹਾਨੂੰ ਲੱਗ ਰਹੇ ਨੇ ਇਸ ਮੋਡ ਦੇ ਉੱਤੇ ਇਸ ਇਲੈਕਸ਼ਨ ਦੇ ਵਿੱਚ, ਕਿਉਂਕਿ ਫਸਟ ਟਾਈਮ ਫਸਟ ਐਕਸਪੀਰੀਅੰਸ ਹੈ ਤੁਹਾਡਾ, ਪਹਿਲਾਂ ਕੋਈ ਵੱਡਾ ਲੰਮਾ ਚੌੜਾ ਆਪਾਂ ਕਿਸੇ ਕੋਲੋਂ ਪੁੱਛ ਵੀ ਨਹੀਂ ਸਕਦੇ, ਸੋ ਕੀ ਚੈਲੇਂਜਸ ਜੇ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੇ ਕਰਨੇ ਹੋਣ ਤਾਂ? ਹਾਂਜੀ, ਬਿਲਕੁਲ ਠੀਕ ਹੈ। ਦੇਖੋ ਜਿਹੜੇ ਚੈਲੇਂਜਸ ਦੋ ਤਰੀਕੇ ਦੇ ਨੇ, ਇੱਕ ਤਾਂ ਸਾਡੀ ਆਪਣੀ ਕਮਿਊਨਿਟੀ ਦੇ, ਇੱਕ ਗਲੋਬਲ ਕਮਿਊਨਿਟੀ ਦੇ ਨੇ, ਅਤੇ ਕਈ ਚੈਲੇਂਜ ਤਾਂ ਕੋਮਨ ਨੇ, ਜਿੱਦਾਂ ਕਿ ਸੇਫਟੀ ਸਿਕਿਉਰਿਟੀ ਹੈ, ਉਹ ਸਾਰਿਆਂ ਨੂੰ ਚਾਹੀਦੀ ਹੈ, ਉਹ ਸਾਰੇ ਰੈਸੀਡੈਂਟ ਚਾਹੁੰਦੇ ਨੇ ਵੀ ਉਹਨਾਂ 'ਚ ਫੀਅਰ ਨਾ ਹੋਵੇ, ਚੋਰੀਆਂ ਨਾ ਹੋਣ, ਜਿਹੜਾ ਕਿ ਅੱਜ ਕੱਲ੍ਹ ਸਾਡੇ ਇਲਾਕੇ ਦਾ ਮੇਨ ਮੁੱਦਾ ਬਣਿਆ ਹੋਇਆ ਵਾ, ਬੈਸਟ ਸਾਰੇ ਦਾ ਹੀ। ਔਰ ਫਿਰ ਉਸ ਤੋਂ ਬਾਅਦ ਜੇ ਆਪਾਂ ਆਪਣੀ ਕਮਿਊਨਿਟੀ ਜਾਈਏ, ਤਾਂ ਆਪਣੀ ਕਮਿਊਨਿਟੀ ਜਿਹੜਾ ਸੌਫਟ ਟਾਰਗੇਟ ਬਣ ਜਾਂਦੀ ਹੈ ਜ਼ਿਆਦਾਤਰ, ਜੇ ਤੁਸੀਂ ਦੇਖੋ ਤਾਂ ਚੋਰੀਆਂ ਦੀਆਂ ਘਟਨਾਵਾਂ ਜਾਂ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਕਾਰ ਜੈਕਿੰਗਸ ਦੀਆਂ ਆ ਰਹੀਆਂ ਨੇ, ਇੰਡੀਅਨ ਕਮਿਊਨਿਟੀ ਨਾਲ ਕਾਫੀ ਸੰਬੰਧਿਤ ਨੇ। ਸੋ ਸਾਨੂੰ ਆਪਣੇ ਭਾਈਚਾਰੇ ਨੂੰ ਐਟ ਦਾ ਸੇਮ ਟਾਈਮ ਜਿੱਦਾਂ ਅਵੇਅਰਨੈਸ ਦੀ ਲੋੜ ਹੈ ਜੀ, ਔਰ ਗਲੋਬਲੀ ਵੀ ਜਿਹੜਾ ਓਵਰਆਲ ਵੀ ਸਾਨੂੰ ਕਮਿਊਨਿਟੀ ਦੇ ਵਿੱਚ ਮੇਨ ਮੁੱਦਾ ਜਿਹੜਾ ਇਸ ਵੇਲੇ ਸਿਕਿਉਰਿਟੀ ਦਾ, ਸੇਫਟੀ ਦਾ ਵਾ, ਅਤੇ ਅਸੀਂ ਉਹਦੇ ਉੱਤੇ ਆਪਣੀ ਕਮਿਊਨਿਟੀ ਨੂੰ ਵੀ ਅਵੇਅਰ ਕਰਾਂਗੇ, ਔਰ ਕੌਂਸਲ ਨੂੰ ਵੀ ਗੱਲ ਕਰਕੇ, ਕੌਂਸਲ ਦੇ ਥਰੂ ਜਿਸ ਤਰ੍ਹਾਂ ਅਸੀਂ ਰੀਸੈਂਟਲੀ ਪਟੀਸ਼ਨ ਸਾਈਨ ਕਰ ਰਹੇ ਹਾਂ ਕਿ ਸਾਡੇ ਇਲਾਕੇ ਦਾ ਜਿਹੜਾ ਥਾਣਾ ਵਾ ਜੀ, ਪੁਲਿਸ ਸਟੇਸ਼ਨ ਹੈ ਕੈਰਲਾਈਨ ਸਪ੍ਰਿੰਗ ਦਾ, 24 ਆਵਰ ਨਹੀਂ ਹੈ ਜੀ, ਉਹ ਚਾਹੇ ਉਹ ਕੌਂਸਲ ਦੇ ਡਾਇਰੈਕਟ ਜੂਰਿਸਡਿਕਸ਼ਨ 'ਚ ਨਾ ਆਉਂਦਾ ਹੋਵੇ, ਲੇਕਿਨ ਕੌਂਸਲ ਥਰੂ ਸਟੇਟ ਗਵਰਨਮੈਂਟ ਸਾਡੀ ਆਵਾਜ਼ ਚੁੱਕ ਸਕਦੀ ਹੈ, ਔਰ ਸਾਡੇ ਰੈਸੀਡੈਂਟ ਸਾਰੇ ਨਾਲ ਨੇ,
ਤਾਂ ਕਿ ਉਹ ਥਾਣਾ 24 ਆਵਰ ਕੀਤਾ ਜਾਏ। ਜੇ 24 ਆਵਰ ਹੋਏਗਾ ਪੈਟਰੋਲਿੰਗ ਵੀ ਵਧੇਗੀ ਅਤੇ ਕ੍ਰਾਈਮ ਰੇਟ ਆਟੋਮੈਟਿਕਲੀ ਡਾਊਨ ਆਵੇਗਾ। ਸੋ ਬਹੁਤ ਵਧੀਆ ਜੀ। ਅਤੇ ਹੋਰ ਜੇ ਆਪਣਾ ਤੁਹਾਡੇ ਏਰੀਏ ਦੇ ਜਿਹੜੇ ਇਸ ਟਾਈਮ ਸਰੋਤੇ ਸੁਣ ਰਹੇ ਨੇ ਤੁਹਾਡੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਉਹ ਕੀ ਯੋਗਦਾਨ ਪਾ ਸਕਦੇ ਨੇ ਇਸ ਸਾਰੇ ਕੰਮ ਦੇ ਵਿੱਚ? ਹਾਂਜੀ, ਜਿਹੜੇ ਵੀ ਸਾਰੇ ਸੁਣ ਰਹੇ, ਮੈਂ ਉਹਨਾਂ ਨੂੰ ਇਹੀ ਰਿਕੁਐਸਟ ਕਰਨਾ ਚਾਹਾਂਗਾ, ਸਭ ਤੋਂ ਪਹਿਲੇ ਤਾਂ ਉਹ ਇਹ ਨੋਟ ਕਰਨ ਕਿ ਜੇ ਉਹ ਸਾਡੇ ਏਰੀਆ ਹਿੱਲ ਸਾਈਡ, ਟੇਲਰ ਹਿੱਲ, ਪਲੰਪਟਨ ਵੈਸਟ, ਟੂਲਨ ਵੇਲ, ਡਿੱਗਰ ਰੈਸਟ, ਇਸ ਇਲਾਕੇ ਵਿੱਚ ਰਹਿ ਰਹੇ ਨੇ ਤਾਂ ਉਹ ਮੈਨੂੰ, ਮੈਂ ਹੁਣੇ ਆਪਣਾ ਫੋਨ ਨੰਬਰ ਤੁਹਾਨੂੰ ਥਰੂ ਰੇਡੀਓ ਦੇ ਤੁਹਾਨੂੰ ਪਹੁੰਚਾ ਦਿੰਦਾ ਵਾਂ, ਤੁਸੀਂ ਮੈਨੂੰ ਟੈਕਸਟ ਮੈਸੇਜ ਕਰੋ ਤਾਂ ਕਿ ਅਸੀਂ ਕੰਪੇਨ ਦੀ ਜਿਹੜੀ ਰੈਗੂਲਰ ਅਪਡੇਟ ਤੁਹਾਨੂੰ ਕਰ ਸਕੀਏ, ਕਿਉਂਕਿ ਇਹਦੇ ਵਿੱਚ ਵੋਟਿੰਗ ਜੇ ਤੁਸੀਂ ਗਲਤ ਵੀ ਪਾ ਦਿੰਦੇ ਹੋ ਜਾਂ ਇੱਕ ਨੰਬਰ ਤੁਸੀਂ ਮੈਨੂੰ ਦੇ ਵੀ ਦਿੰਦੇ ਹੋ ਅਤੇ ਜੇ 20 ਕੈਂਡੀਡੇਟ ਖੜ੍ਹੇ ਆ ਤਾਂ ਤੁਸੀਂ 1 ਤੋਂ 20 ਨੰਬਰ ਬਾਕੀ ਨਹੀਂ ਭਰਦੇ ਜਾਂ ਕੋਈ ਨੰਬਰ ਮਿਸ ਕਰ ਦਿੰਦੇ ਹੋ ਅਤੇ ਉਹ ਵੀ ਵੋਟ ਤੁਹਾਡੀ ਇਨਵੈਲਿਡ ਹੋ ਜਾਂਦੀ ਹੈ ਅਤੇ ਉਹ ਸਾਨੂੰ ਵੀ ਨਹੀਂ ਮਿਲੀ ਵੋਟ ਅਤੇ ਉਹ ਵੋਟ ਸਾਡੀ ਉਸ, ਕਿਉਂਕਿ ਸਾਨੂੰ ਤੁਹਾਡੀ 1-1 ਵੋਟ ਕੀਮਤੀ ਹੈ, ਤੁਹਾਡੀਆਂ ਵੋਟਾਂ ਨੇ ਹੀ ਸਾਨੂੰ ਜਿਤਾਉਣਾ ਵਾ। ਸਾਡੀ ਕਮਿਊਨਿਟੀ 5-6% ਹੀ ਹੈ ਟੋਟਲ ਜਿਹੜੀ ਵੋਟਿੰਗ ਰੱਖੀ ਹੈ। ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਟੇਲਰ ਹਿੱਲ, ਹਿੱਲ ਸਾਈਡ ਜਿਹੜੇ ਮੇਨ ਵਸੋਂ ਦੇ ਇਲਾਕੇ ਨੇ, ਪਲੰਪਟਨ ਵੈਸਟ ਵਿੱਚ ਵੀ ਸਾਡੇ ਪੰਜਾਬੀ ਕਾਫੀ ਨੇ, ਇੰਡੀਅਨ ਕਮਿਊਨਿਟੀ ਕਾਫੀ ਹੈ, ਫਿਰ ਡਿੱਗਰ ਰੈਸਟ 'ਚ ਥੋੜ੍ਹੇ ਨੇ, ਟੂਲਨ ਵੇਲ 'ਚ ਬਹੁਤ ਘੱਟ ਨੇ, ਲੇਕਿਨ ਫਿਰ ਵੀ ਜੇ ਕਿਸੇ ਦਾ ਕੋਈ ਰਹਿੰਦਾ ਹੋਵੇ ਤਾਂ ਉਹਨਾਂ ਨੂੰ ਇਹ ਮੈਸੇਜ ਪਹੁੰਚਾਉਣ ਤਾਂ ਕਿ ਸਾਨੂੰ 1-1 ਵੋਟ ਆਪਣੀ ਕਮਿਊਨਿਟੀ ਤੋਂ ਮਿਲੇ। ਜੀ ਬਹੁਤ ਵਧੀਆ ਮੁਰਾਹ ਸਾਹਿਬ, ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਂਝ ਪਾਈ ਹੈ। ਸੋ ਇੱਕ ਜਿਹੜੀ ਹੋਰ ਇੰਪੋਰਟੈਂਟ ਚੀਜ਼ ਕਈ ਵਾਰੀ ਆ ਜਾਂਦੀ ਹੈ ਕਿ ਪਹਿਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਉਹਨਾਂ ਦੇ ਵਿੱਚ ਨਾ ਵੋਟ ਕਰਨ ਦੇ ਉੱਤੇ ਤੁਹਾਨੂੰ ਫਾਈਨ ਪੈਂਦਾ, ਇਹਦੇ ਵਿੱਚ ਵੀ ਕੁਛ ਇੱਦਾਂ ਦਾ ਹੈਗਾ? ਇਹਦੇ ਵਿੱਚ ਵੀ ਇਸ ਵਾਰੀ ਕਿ ਫਾਈਨ ਦਾ ਹੈਗਾ ਵਾ, ਲੇਕਿਨ ਲੋਕ ਫਿਰ ਵੀ ਕਈ ਮਿਸ ਕਰ ਜਾਂਦੇ, ਸਾਨੂੰ ਆਪਣੀ ਫਾਈਨ ਹੋਣਾ ਨਹੀਂ ਹੋਣਾ ਇੱਕ ਅੱਡ ਗੱਲ ਹੈ, ਲੇਕਿਨ ਸਾਨੂੰ ਤਾਂ ਆਪਣੀ ਕਮਿਊਨਿਟੀ ਦੀ 100% ਵੋਟ ਚਾਹੀਦੀ ਹੈ। ਉਹਦਾ ਰੀਜ਼ਨ ਇਹ ਵਾ, ਸਾਡੀਆਂ ਉਨੀਆਂ ਹੀ ਵੋਟਾਂ ਨੇ ਜਿੰਨੀਆਂ ਕਿ ਜਿੱਤਣ ਵਾਲੇ ਕੈਂਡੀਡੇਟ ਨੂੰ ਚਾਹੀਦੀਆਂ ਨੇ ਅਤੇ ਜੇ ਕਿਸੇ ਜਿਸਾ 30,000 ਵੋਟ ਵਿੱਚੋਂ ਜੇ ਸਾਨੂੰ ਸਾਡਾ ਭਾਈਚਾਰਾ 2,000 ਹੈ ਅਤੇ 2,000 ਹੀ ਵਿਨਿੰਗ ਵੋਟ ਹੈ ਅਤੇ ਜੇ ਅਸੀਂ ਉਹ ਮਿਸ ਕਰ ਦਿੰਦੇ ਹਾਂ ਤਾਂ ਅਸੀਂ ਵੈਸੇ ਹੀ ਪ੍ਰਾਇਮਰੀ ਵੋਟ ਦੇ ਵਿੱਚੋਂ, ਵੋਟ ਬੈਂਕ 'ਚੋਂ ਬਾਹਰ ਹੋ ਜਾਂਦੇ ਹਾਂ। ਅਤੇ ਜੇ ਹੋਰ ਕਮਿਊਨਿਟੀ ਦੇ ਜੇ ਕੋਈ 60% ਹੈ ਅਤੇ ਉਹ 20% ਨਹੀਂ ਵੀ ਕਰਦੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਲੇਕਿਨ ਸਾਨੂੰ ਤੁਸੀਂ ਫਾਈਨ ਦੀ ਪਰਵਾਹ ਨਾ ਕਰਦੇ ਹੋਏ, ਤੁਸੀਂ ਤੁਹਾਨੂੰ ਮੌਕਾ ਮਿਲਿਆ ਆਪਣਾ ਇੱਕ ਰਿਪ੍ਰੈਜੈਂਟੇਟਿਵ ਅੱਗੇ ਲਿਆਉਣ ਦਾ, ਜਿਹੜਾ ਉਹ ਅੱਗੇ ਆਏਗਾ ਅਤੇ ਸਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਐਟਲੀਸਟ ਆਵਾਜ਼ ਪਹੁੰਚਾ ਸਕੇਗਾ ਔਰ ਐਫੀਸ਼ੈਂਟਲੀ ਹੱਲ ਕਰ ਸਕੇਗਾ। ਸੋ ਸਾਨੂੰ ਤੁਹਾਡੀ 1-1 ਵੋਟ ਦੀ ਜ਼ਰੂਰਤ ਹੈ ਜੀ। ਸੋ ਮਰਵਾਹ ਸਾਹਿਬ, ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਹੈ, ਕਾਫੀ ਜ਼ਿਆਦਾ ਟਾਈਮ ਦੀ ਇੱਥੇ ਪ੍ਰੋਬਲਮ ਰਹਿੰਦੀ ਹੈ, ਸੋ ਹੁਣ ਕਾਫੀ ਟਾਈਮ ਤੁਹਾਨੂੰ ਇਨਵੈਸਟ ਕਰਨਾ ਪੈ ਰਿਹਾ ਇਸ ਪਾਸੇ, ਸੋ ਕੱਲ੍ਹ ਨੂੰ ਇਸ ਚੀਜ਼ ਦੇ ਵਿੱਚੋਂ, ਪੋਲਿਟਿਕਸ ਦੇ ਵਿੱਚੋਂ ਘਰ ਨਹੀਂ ਚੱਲਦੇ ਇਹ ਸਾਰਿਆਂ ਨੂੰ ਪਤਾ, ਸੋ ਕਿੱਦਾਂ ਮੈਨੇਜ ਕਰੋਗੇ, ਉਹਦੇ ਬਾਰੇ ਕੀ ਮਨਸੂਬੇ? ਦੇਖੋ ਜੀ, ਉਹ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਿਗੈਸਟ ਚੈਲੇਂਜ ਟਾਈਮ ਹੀ ਹੈ, ਫੈਮਿਲੀ ਸਪੋਰਟ ਕਰ ਰਹੀ ਹੈ, ਕਾਰੋਬਾਰ ਰੱਬ ਦੀ ਮਿਹਰ ਨਾਲ ਠੀਕ ਚੱਲ ਰਿਹਾ ਵਾ, ਉਹਦੇ ਵਿੱਚ ਹੁਣ ਇੱਕ ਬੰਦਾ ਹੋਰ ਅਪੁਆਇੰਟ ਕੀਤਾ ਆਫਿਸ ਵਿੱਚ ਤਾਂ ਕਿ ਹੁਣ ਵੀ ਮੈਂ ਆਫਿਸ ਦੇ ਟਾਈਮ 'ਤੇ ਤੁਹਾਡੇ ਕੋਲ ਬੈਠਾ ਵਾਂ, ਹੁਣ ਕਈਆਂ ਨੂੰ ਮਿਲਣਾ ਵਾ। ਵੈਸੇ ਤਾਂ ਜ਼ਿਆਦਾ ਕੰਮ ਇੱਥੇ ਵੀਕੈਂਡ 'ਤੇ ਹੋ ਜਾਂਦੇ ਨੇ ਅਤੇ ਵੀਕੈਂਡ 'ਤੇ ਆਪਾਂ ਆਪਣੇ ਆਫਿਸ ਦੀ ਛੁੱਟੀ ਰੱਖੀ ਹੋਈ ਹੈ, ਲੇਕਿਨ ਫਿਰ ਵੀ ਸਾਨੂੰ ਸਵੇਰੇ ਸ਼ਾਮ ਜਿਸ ਤਰ੍ਹਾਂ ਲੋਕਾਂ ਦੀ ਟਾਈਮ ਦੀ ਸ਼ਕੈਡਿਊਲ ਹੈ ਉਹਦੇ ਅਕੋਰਡਿੰਗਲੀ ਮਿਲਣਾ ਪੈਂਦਾ। ਅਤੇ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਕਮਿਊਨਿਟੀ ਦਾ ਸਾਥ ਮਿਲ ਰਿਹਾ, ਜੇ ਅੱਗੋਂ ਮੌਕਾ ਮਿਲਿਆ ਅਤੇ ਆਪਣਾ ਆਫਿਸ ਅਤੇ ਫੈਮਿਲੀ ਦੇ ਵਿੱਚੋਂ ਟਾਈਮ ਕੱਢ ਕੇ ਸੇਵਾ ਰੈਗੂਲਰ ਕਰਾਂਗੇ ਜ਼ਰੂਰ ਜੀ। ਬਹੁਤ ਵਧੀਆ ਮਰਵਾਹ ਸਾਹਿਬ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਗੱਲਾਂ ਬਾਤਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਸੋ ਹੋਰ ਕੋਈ ਗੱਲਬਾਤ ਜੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੋ ਤਾਂ ਉਹ ਤੁਸੀਂ ਕਰ ਸਕਦੇ ਜੇ ਕੋਈ ਕੁਐਸਚਨਿੰਗ ਦੇ ਵਿੱਚੋਂ ਕੋਈ ਮਿਸਿੰਗ ਹੋ ਗਏ ਤੁਹਾਡੇ ਮਾਇੰਡ ਦੇ ਵਿੱਚ ਕੁਛ ਹੋਵੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਦੇ ਲਈ ਤਾਂ ਪਲੀਜ਼। ਹਾਂਜੀ, ਥੈਂਕ ਯੂ। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਆਪ ਕਾਲ ਕੀਤੀ ਹੈ, ਕਿਉਂਕਿ ਕਮਿਊਨਿਟੀ ਸਰਵਿਸ ਅਸੀਂ ਵੀ ਕਰ ਰਹੇ ਹਾਂ ਐਜ਼ ਏ ਜਸਟਿਸ ਆਫ ਪੀਸ, ਲੇਕਿਨ ਹਰ ਇੱਕ ਆਪੋ ਆਪਣੇ ਲੈਵਲ 'ਤੇ ਲੱਗਿਆ। ਜਿਹੜਾ ਲੈਵਲ 'ਤੇ ਤੁਸੀਂ ਮੈਨੂੰ ਜਿਹੜਾ ਅੱਜ ਮੌਕਾ ਦਿੱਤਾ ਉਹਦੇ ਨਾਲ ਮੇਰੀ ਆਵਾਜ਼ ਗਲੋਬਲੀ ਜਿੰਨੇ ਵੀ ਸੁਣਨ ਵਾਲਿਆਂ ਤੱਕ ਪਹੁੰਚ ਗਈ ਹੈ, ਜਿਹੜਾ ਕਿ ਮੈਂ ਆਪ ਕਰਦਾ ਅਤੇ ਲੋਕਾਂ ਨੂੰ ਮਿਸ ਵੀ ਕਰ ਸਕਦਾ ਸਾਂ। ਸੋ ਤੁਹਾਡਾ ਆਪਣਾ ਧੰਨਵਾਦ, ਜਿਹੜੇ ਵੀ ਬਾਕੀ ਜਿਸ ਤਰ੍ਹਾਂ ਦੀ ਵੀ ਸੇਵਾ ਕਰ ਸਕਦੇ ਨੇ, ਜਿਸ ਤਰ੍ਹਾਂ ਦੀ ਵੀ ਕਮਿਊਨਿਟੀ ਦੇ ਵਿੱਚ ਹੱਥ ਵਟਾ ਸਕਦੇ, ਉਹਨਾਂ ਨੂੰ ਵਟਾਉਣਾ ਚਾਹੀਦਾ ਵਾ। ਆਪਣੇ ਆਪਣੇ ਲੈਵਲ 'ਤੇ ਜੇ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਜਿੱਥੇ ਵੀ ਮੌਕਾ ਮਿਲੇਗਾ ਸਾਡੀ ਰੈਕੋਗਨੀਸ਼ਨ ਹੋਏਗੀ ਔਰ ਸਾਡੀ ਕਮਿਊਨਿਟੀ ਦਾ ਨਾਮ ਉੱਚਾ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਸੋ ਇਹ ਸਨ ਦਿਲਪ੍ਰੀਤ ਮਰਵਾਹਾ ਜੀ, ਜਿਹੜੇ ਇਸ ਟਾਈਮ ਕੌਂਸਲਰ ਦੀ ਇਲੈਕਸ਼ਨ ਦੇ ਵਿੱਚ ਖੜ੍ਹੇ ਨੇ ਅਤੇ ਮੈਲਟਨ ਕੌਂਸਲ ਦੇ ਵਿੱਚ ਵਾਰਡਸ ਵਾਰਡ ਦਾ ਨਾਂ ਆ ਜਿੱਥੋਂ ਇਹ ਖੜ੍ਹੇ ਨੇ।
ਹਿੱਲ ਸਾਈਡ ਟੇਲਰ ਹਿੱਲ ਕਾਫੀ ਜ਼ਿਆਦਾ ਆਪਣਾ ਭਾਈਚਾਰਾ ਰਹਿੰਦਾ, ਪਲੰਪਟਨ ਵੈਸਟ, ਡਿਗਰ ਵੈਸਟ ਅਤੇ ਟੋਲਰਨ ਵੇਲ, ਇਹ ਨਵੇਂ ਏਰੀਏ ਨੇ ਪਰ ਭਾਈਚਾਰਾ ਆਪਣਾ ਇਹਨਾਂ ਏਰੀਆਜ਼ ਦੇ ਵਿੱਚ ਵੀ ਕਾਫੀ ਰਹਿੰਦਾ। ਸੋ ਆਪਣੇ ਭਾਈਚਾਰੇ ਨੂੰ ਆਪਾਂ ਅੱਗੇ ਲਿਆਉਣ ਦੇ ਵਿੱਚ ਥੋੜ੍ਹੀ ਜਿਹੀ ਮਦਦ ਕਰੀਏ, ਇੱਕ ਦੂਜੇ ਦੇ ਨਾਲ ਹੱਥ ਨਾਲ ਹੱਥ ਬਣੂਗਾ। ਕੱਲ੍ਹ ਨੂੰ ਸਾਨੂੰ ਵੀ ਕੋਈ ਲੋੜ ਪਈ ਕੌਂਸਲ ਦੇ ਨਾਲ ਰਿਲੇਟਿਡ, ਅਤੇ ਸ਼ਾਇਦ ਸਾਡੇ ਵੀ ਰਾਹ ਬੜੇ ਸੁਖਾਲੇ ਹੋ ਜਾਣ, ਜਿਹੜੀਆਂ ਪ੍ਰੋਬਲਮਾਂ ਇਸ ਟਾਈਮ ਦੇ ਉੱਤੇ ਭਾਈਚਾਰੇ ਨੂੰ ਫੀਲ ਕਰ ਰਿਹਾ ਵਾ ਭਾਈਚਾਰਾ, ਜਾਂ ਆ ਰਹੀਆਂ ਨੇ ਫੇਸ ਕਰ ਰਹੇ ਹਾਂ ਆਪਾਂ, ਸਾਡੇ ਬੱਚੇ ਫੇਸ ਕਰ ਰਹੇ ਨੇ, ਉਹਨਾਂ ਦੇ ਵਿੱਚ ਤਾਂ ਹੀ ਆਪਾਂ ਵੱਧ ਚੜ੍ਹ ਕੇ ਹਿੱਸਾ ਲੈ ਸਕਦੇ ਹਾਂ, ਤਾਂ ਹੀ ਸਾਡੀ ਸੁਣਵਾਈ ਹੋਊਗੀ ਜੇਕਰ ਆਪਣੇ ਬੰਦੇ ਸਿਸਟਮ ਦੇ ਵਿੱਚ ਹੋਣਗੇ। ਸੋ ਇਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਅਤੇ ਸਾਡਾ ਫਰਜ਼ ਬਣਦਾ ਆਪਾਂ ਇਹਨਾਂ ਨੂੰ ਸਪੋਰਟ ਕਰੀਏ। ਜੇਕਰ ਕੋਈ ਵਧੇਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਇੱਕ ਸੋ ਇੰਨਾ ਕਹਿੰਦੇ ਹੋਏ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਸਾਰਿਆਂ ਦਾ ਦਿਨ ਹੱਸਦਿਆਂ ਵਸਦਿਆਂ ਲੰਘੇ, ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਅਸਰ ਰਸੂਖ ਬਣਿਆ ਰਹੇ, ਸਰਬੱਤ ਦਾ ਭਲਾ ਮੰਗੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM। ਰੱਬ ਰਾਖਾ।